ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ। ਅ ਅਪਨੋ ਸੋ ਆਮ ਆਦਮੀ ਪਾਰਟੀ ਦੀ ਗੱਲਬਾਤ ਕਰ ਰਹੇ ਹਾਂ ਜੇ ਦਿੱਲੀ ਇੱਕਾਈ ਦੀ ਗੱਲ ਕਰੀਏ ਤਾਂ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਨਕਲੀ ਈਵੀਐਮ ਲਿਆ ਕੇ ਇਹ ਸ਼ੋਅ ਕਰ ਦਿੱਤਾ ਕਿ ਇਸ ਗੜਬੜ ਹੋ ਸਕਦੀ ਹੈ। ਪਰ ਚੋਣ ਕਮਿਸ਼ਨ ਹਲੇ ਵੀ ਅੜਿਆ ਪਿਆ ਹੈ ਕਿ ਇਸ ਵਿੱਚ ਗੜਬੜ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ। ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਚੋਣ ਕਮਿਸ਼ਨ ਨੇ 12 ਤਰੀਕ ਨੂੰ ਮੀਟਿੰਗ ਸੱਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਿਆ ਆਮ ਆਦਮੀ ਪਾਰਟੀ ਨੂੰ ਵੀ ਸੱਦਿਆ। ਜੀ। ਉਹਨਾਂ ਦੀ ਚੁਣੌਤੀ ਹੈ ਕਿ ਸਾਡੇ ਸਾਹਮਣੇ ਸਾਬਤ ਕਰਕੇ ਦਿਖਾਓ। ਕਿ ਮਸ਼ੀਨਾਂ 'ਚ ਗੜਬੜ ਹੋ ਸਕਦੀ ਹੈ ਜਿਨ੍ਹਾਂ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਾਬਤ ਕਰ ਦਿੱਤਾ ਕਿ ਗੜਬੜ ਹੋ ਸਕਦੀ ਹੈ ਉਹਨਾਂ ਨੂੰ ਹੁਣ ਜਾ ਕੇ ਚੋਣ ਕਮਿਸ਼ਨ ਦੀ ਉਸ ਮੀਟਿੰਗ ਵਿੱਚ ਵੀ ਇਹ ਗੱਲ ਸਾਬਤ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਮਸ਼ੀਨਾਂ 'ਚ ਗੜਬੜ ਹੋ ਸਕਦੀ ਹੈ ਨਹੀਂ ਤੇ ਲੋਕੀ ਕਹਣਗੇ ਤੁਸੀਂ ਫਰਾਡ ਕੀਤਾ ਜੀ ਹੁਣ ਹੋਇਆ ਕੀ ਹੈ ਪੰਜਾਬ ਦੇ ਵਿੱਚ ਕਾਂਗਰਸ ਕਹਿੰਦੀ ਹੈ ਜੀ ਕੋਈ ਗੜਬੜ ਨਹੀਂ ਹੋਈ ਯੂਪੀ 'ਚ ਕਾਂਗਰਸ ਕਹਿੰਦੀ ਗੜਬੜ ਹੋਈ ਹੈ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਅਗੜਬੜ ਹੋਈ ਆ ਇਹ ਗੋਆ ਚ ਵੀ ਕਹਿੰਦੇ ਹੋਈ ਆ ਜੀ ਬਾਕੀ ਪਾਰਟੀਆਂ ਵੀ ਵੱਖ-ਵੱਖ ਥਾਵਾਂ ਤੇ ਇਹ ਦੋਸ਼ ਆਉਂਦੀਆਂ ਨੇ ਪਰ ਜਿੰਨੀਆਂ ਥਾਵਾਂ ਤੇ ਦੋਸ਼ ਲੱਗਾ ਉਹ ਸਾਰੀਆਂ ਥਾਵਾਂ ਉਹ ਐਸਵਾਈ ਪੰਜਾਬ ਤੋਂ ਜਿੱਥੇ ਭਾਜਪੀ ਜਿੱਤੀ ਗਈ ਜੀ ਆਮ ਆਦਮੀ ਪਾਰਟੀ ਬਹੁਤ ਵੱਡੇ ਦਬਾਅ ਥਲੇ ਸੀ ਜਦੋਂ ਸਾਬਕਾ ਮੰਤਰੀ ਕਪਲ ਮਿਸ਼ਰਾ ਨੇ ਬਾਹਰ ਨਿਕਲ ਕੇ ਮੁੱਖ ਮੰਤਰੀ ਕੇਜਰੀਵਾਲ ਦੇ ਉੱਤੇ ਸਿੱਧੇ ਦੋਸ਼ ਲਾਏ ਇੰਨੇ ਪੈਸੇ ਖਾ ਗਿਆ ਬਿਲਕੁਲ ਉਹ ਦਿੱਤੇ ਆਈ ਤੱਕ ਦੋਸ਼ ਨਹੀਂ ਹੈ ਜੀ ਇਹਨਾਂ 24 ਘੰਟਿਆਂ ਦੇ ਵਿੱਚ ਇਹ ਅਸੈਂਬਲੀ ਦਾ اجلاس ਸੱਦਿਆ ਉਹ ਗੱਲ ਪਿੱਛੇ ਰਹਿਣ ਤੇ ਇਹ ਮੁੱਦਾ ਖੜਾ ਕਰ ਦਿੱਤਾ ਕਿ ਵੋਟ ਮਸ਼ੀਨਾਂ 'ਚ ਗੜਬੜ ਹੁੰਦੀ ਆਸੀਂ ਸਾਬਤ ਕਰਦੇ ਜੀ ਸਾਬਤ ਕਰਨ ਵਾਸਤੇ اجلاس ਦੇ ਵਿੱਚ ਜਦੋਂ ਇਹ ਸਾਰਾ ਕੁਝ ਵਿਖਾਉਣ ਲੱਗੇ ਡੈਮੋ ਦੇਣ ਲੱਗੇ ਜੀ ਇਹਨਾਂ ਨੇ ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਯਾਦਵ ਦੇ ਬੰਦੇ ਵੀ ਸੱਦੇ ਸੀ ਤਿਰੰਗਾ ਕਾਂਗਰਸ ਵਾਲੇ ਵੀ ਕਾਂਗਰਸ ਵਾਲੇ ਵੀ ਕਮਿਊਨਿਸਟ ਪਾਰਟੀਆਂ ਵਾਲੇ ਵੀ ਸਮਾਜਵਾਦੀ ਵੀ ਸਾਰੇ ਸੱਦ ਕੇ ਬਿਸਤਿਸ ਗੱਲ ਇਹ ਚ ਬਿਠਾਏ ਸੀ ਕਿ ਆਉ ਤੁਹਾਨੂੰ ਦਿਖਾਈਏ ਜੀ ਆਮ ਆਦਮੀ ਪਾਰਟੀ ਦਾ ਵਿਧਾਇਕ ਸਰਵ ਭਾਰਦਵਾਜ ਆਜ ਆਪ ਸਾਫਟਵੇਅਰ ਇੰਜੀਨੀਅਰ ਹੈ ਜੀ ਉਹਨੇ ਅਖਿਆ ਜੀ ਮੇਰੇ ਕੋਲ ਆ ਮਸ਼ੀਨ ਹੈ ਪਰ ਇਹ ਅਸਲੀ ਚੋਣ ਕਮਿਸ਼ਨ ਵਾਲੀ VOTING ਮਸ਼ੀਨ ਨਹੀਂ ਜੀ ਮੈਂ ਉਹਦੀ ਡੰਮੀ ਬਣਾ ਕੇ ਲਿਆ ਆ ਮਸ਼ੀਨ ਹੈ ਚ ਮੈਂ ਫਲਾਣੇ ਫਲਾਣੇ ਨੂੰ ਵੋਟ ਪਾ ਰਿਹਾ ਵੇਖੋ ਸਾਰਿਆਂ ਨੂੰ ਪੈ ਰਹੀ ਹੈ ਬਾਦ ਚ ਰਿਜ਼ਲਟ ਦੇ ਤਾਂ ਕਿ ਮਸ਼ੀਨ ਬਿਲਕੁਲ ਠੀਕ ਉਸੇ ਤਰ੍ਹਾਂ ਰਿਜ਼ਲਟ ਦੇ ਰਹੀ ਹੈ ਕੋਈ ਸ਼ੱਕ ਨਹੀਂ ਜੀ ਫਿਰ ਉਹਨੇ ਕਹਿ ਦਿੱਤਾ ਕਿ ਇਹਦੇ ਤੋਂ ਅਗਲੀ ਗੱਲ ਇਹ ਆ ਕਿ ਹੁਣ ਮੈਂ ਇਹਦੇ ਚ ਇੱਕ ਕੋਡ ਭਰਨ ਲੱਗਾ ਆ ਪਹਿਲੀਆਂ ਜਿਹੜੀਆਂ 5 ਵੋਟਾਂ ਨੇ ਇਹ ਮੈਂ ਸਾਰੀਆਂ ਅਸਲੀ ਪੈਣ ਦਿੱਤੀਆਂ ਜੀ ਹਰ ਇੱਕ ਨੂੰ ਪੈ ਗਈਆਂ ਉਹਦੇ ਬਾਅਦ ਉਹ ਕਹਿੰਦਾ ਹੁਣ ਮੈਂ ਕੋਡ ਫੀਡ ਕਰ ਦਿੱਤਾ ਜੇ ਆਮ ਆਦਮੀ ਪਾਰਟੀ ਨੂੰ 10 ਵੋਟਾਂ ਪਈਆਂ ਤੇ ਉਹ ਭਾਜੀਪੀ ਨੂੰ ਚਲੀਆਂ ਗਈਆਂ ਫਲਾਣ ਨੂੰ ਪਈਆਂ ਤੇ ਭਾਜੀਪੀ ਨੂੰ ਚਲੀਆਂ ਗਈਆਂ रिजल्ट ਜਦੋਂ ਆਇਆ ਤੇ ਉਹ ਕਹਿੰਦਾ ਪੀਆ ਵੇਖੋ ਬੀਜੇਪੀ ਜਿੱਤ ਗਈ ਤੇ ਬੀਜੇਪੀ ਦੀ ਇੱਕ ਮੈਂਬਰ ਵੱਲ ਇਸ਼ਾਰਾ ਕਰਕੇ ਕਹਿੰਦਾ ਜੀ ਤੁਸੀਂ ਜਿੱਤ ਗਏ ਤੁਹਾਨੂੰ ਵਧਾਈ ਹੋਵੇ ਜੀ ਉਹ ਮੈਂਬਰ ਪੁੱੜਖਿਆ ਵੀ ਕਿ ਮੇਰੇ ਤੇ ਸਿੱਧਾ ਅਟੈਕ ਉਹ ਕਹਿੰਦਾ ਜੀ ਮੈਂ ਟੈਕਨੀਕ ਕਰਦਾ ਪਿਆ ਮੈਂ ਸਾਬਤ ਕਰਦਾ ਦੂਸਰਾ ਉੱਥੇ ਆਮ ਆਦਮੀ ਪਾਰਟੀ ਦੀ ਐਮਐਲਏ ਬੈਠੀ ਸੀ ਅਲਕਾ ਲਾਂਬਾ ਜੀ ਉਹ ਕਿਸੇ ਵਕਤ ਦਿੱਲੀ ਯੂਨੀਵਰਸਿਟੀ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਟੂਡੈਂਟ ਲੀਡਰ ਹੁੰਦੀ ਸੀ ਸਿਆਣੀ ਵੀ ਆ ਜੀ ਤੜਲੇਦਾਰ ਵੀ ਆ ਦਲੀਲ ਨਾਲ ਗੱਲ ਕਰਨਾ ਵੀ ਜਾਣਦੀ ਉਨੇ ਉੱਠ ਕੇ ਆਖਿਆ ਕਹਿੰਦੀ ਜੀ ਮੈਂ ਪੁੱਛਣਾ ਚਾਹੁੰਦੇ ਹਾਂ ਕਿ ਦਿੱਲੀ ਚ ਪਾਰਲੀਮੈਂਟ ਚੋਣਾ ਵੀ ਹੋਇਆ ਸੀ ਐਸੈਂਬਲੀ ਚੋਣਾ ਵੀ ਹੋਇਆ ਸੀ ਇੱਥੇ VOTING ਮਸ਼ੀਨਾਂ ਪਈਆਂ ਸੀ ਜੀ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾ ਕਰਾਉਣ ਵਾਸਤੇ ਇਹਨਾਂ ਨੇ ਰਾਜਸਥਾਨ ਤੋਂ ਜਿੱਥੇ BJP ਦੀ ਸਰਕਾਰ ਹੈ ਉੱਥੋਂ ਮਸ਼ੀਨਾਂ ਕਿਉਂ ਲੈਂਦੀਆਂ ਜੀ ਤੇ ਉੱਥੋਂ ਲੈਂਦੀਆਂ ਜਿੱਥੇ ਧੌਲਪੁਰ ਦੇ ਵਿੱਚ ਪ੍ਰੈਸ ਦੇ ਸਾਹਮਣੇ ਡੈਮੋ ਦੇਣ ਲੱਗੇ ਸੀ ਤੇ 6 ਵੋਟਾਂ ਪਈਆਂ 6 ਦੀਆਂ 6 ਜਿਹਨੂੰ ਪਾਉਣ ਬੀਜੇਪੀ ਨੂੰ ਪਈ ਜਾਂਦੀ ਸੀ ਮਸ਼ੀਨਾਂ 'ਚ ਗੜਬੜ ਤੇ ਉੱਥੇ ਸੀ ਤੇ ਉਹ ਮਸ਼ੀਨਾਂ ਇੱਥੇ ਲਿਆ ਕੇ ਕਿਉਂ ਲਾਈਆਂ ਨੇ ਜੀ ਦੂਸਰਾ ਨੇ ਆਖਿਆ ਕਿ ਮੱਧ ਪ੍ਰਦੇਸ਼ ਦੇ ਪਿੰਡ ਦੇ ਵਿੱਚ ਚੋਣ ਕਮਿਸ਼ਨ ਦੀ ਟੀਮ ਲੱਗੀ ਡੈਮੋ ਦੇਣ ਤੇ ਜਿਹੜੀ ਪਾਰਟੀ ਨੂੰ ਵੋਟ ਪਾਉਣ ਉਹ ਜਾ ਕੇ ਬੀਜੇਪੀ ਦੇ ਖਾਤੇ 'ਚ ਪਈ ਜਾਵੇ ਜੀ ਤੇ ਪ੍ਰੈਸ ਦੇ ਸਾਹਮਣੇ ਦੀ ਗੱਲ ਇਹ ਹੈ ਤੇ ਪੁੱਛਿਆ ਮਸ਼ੀਨਾਂ ਕਿੱਥੋਂ ਆਈਆਂ ਕਹਿੰਦੇ ਜੀ ਯੂਪੀ 'ਚ ਹੋਣੇ ਜਿਹੜੀਆਂ ਵਿਧਾਨ ਸਭਾ ਚੋਣਾਂ 'ਚ ਵਰਤੀਆਂ ਸੀ ਇਹ ਮਸ਼ੀਨਾਂ ਉਹ ਨੇ ਜੀ ਉਹ ਕਹਿੰਦੀ ਇਹ ਤਾਂ ਗੱਲ ਤਾਂ ਉੱਥੇ ਸਾਬਤ ਹੋ ਗਈ ਸੀ ਹੁਣ ਇਹਨਾਂ ਗੱਲਾਂ ਦਾ ਜਵਾਬ ਬੀਜੇਪੀ ਦੇ ਕੋਲ ਕੋਈ ਨਹੀਂ ਚੋਣ ਕਮਿਸ਼ਨ ਕਹਿੰਦਾ ਜੀ ਡਰਾਮੇਬਾਜੀ ਹੈ ਚੋਣ ਕਮਿਸ਼ਨ ਕਹਿੰਦਾ ਕਿ ਸਾਡੇ ਕੋਲ ਆਉਣ ਸਾਬਤ ਕਰਨ ਜੀ ਸਰੋ ਭਾਰਦwaj ਕਹਿੰਦਾ ਜੀ ਮੈਂ ਮੁਰਮੁਰ ਕੇ ਨਾ ਕਿ ਮੇਰੇ ਕੋਲ ਅਸਲੀ ਮਸ਼ੀਨ ਨਹੀਂ ਮੈਂ ਨਕਲੀ ਲਿਆਂਦੀ ਆ ਵਿਖਾਉਣ ਵਾਸਤੇ ਕਿ ਇਦਾਂ ਹੋ ਸਕਦਾ ਜੀ ਨਾਲ ਉਹ ਕਹਿੰਦਾ ਕਿ ਦੇ ਮਦਰ ਬੋਰਡ ਦੇ ਵਿੱਚ ਕੋਡ ਭਰਨ ਦਾ ਕੰਮ ਸਿਰਫ 90 ਸੈਕਿੰਡ ਦਾ ਹੈ 90 ਸੈਕਿੰਡ ਦਾ ਮਤਲਬ 60 ਸੈਕਿੰਡ ਦਾ ਮਿੰਟ ਦਾ ਡੇਢ ਮਿੰਟ ਦੀ ਗੱਲ ਜੀ ਉਨੇ ਬੀਜੇਪੀ ਵਾਲੇ ਵੱਲ ਹੱਥ ਕਰਕੇ ਆਖਿਆ ਜੀ ਇਸੇ ਸਾਲ ਦੇ ਅਖੀਰ ਵਿੱਚ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਦੇ ਨਰਿੰਦਰ ਮੋਦੀ ਦੇ ਆਪਣੇ ਰਾਜ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਹੋਣੀਆਂ ਜੀ ਮੈਂ ਹਿੱਕ ਤੇ ਹੱਥ ਮਾਰ ਕੇ ਕਹਿੰਨਾ ਕਿ ਉੱਥੋਂ ਦੀਆਂ ਜਿਹੜੀਆਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਤੁਸੀਂ VOTING MACHINE ਵਰਤਣੀਆਂ 3 ਘੰਟੇ ਵਾਸਤੇ ਮੈਨੂੰ ਦੇ ਦਿਓ ਜੀ ਫਿਰ ਮੈਂ ਵੇਖੂਗਾ ਗੁਜਰਾਤ 'ਚ ਤੁਹਾਡੀ ਸੀਟ ਕਿਹੜੀ ਆਉਂਦੀ ਇਹਨਾਂ ਮਸ਼ੀਨਾਂ 'ਚ ਤਾਂ ਮਦਰ ਬੋਰਡ ਦੇ ਵਿੱਚ ਕੋਡ ਭਰਨਾ ਕੰਮ ਹੀ 90 ਸਕੰਡ ਦਾ 90 90 ਸਕੰਡ ਕਰ ਦਿਓ ਬੰਦੇ ਟ੍ਰੇਨਡ ਕੀਤੇ ਹੁਣ ਫਟਾਫਟ ਕਰੀ ਜਾਣ ਸਾਰੀਆਂ ਸੀਟਾਂ ਦੇ ਉੱਤੇ VOTING ਮਸ਼ੀਨਾਂ ਦਾ ਜਿਵੇਂ ਇਹ ਭਰਦਿਆਂ ਤੁਹਾਨੂੰ ਵੋਟ ਕਿੱਥੋਂ ਪੈਜੂਗੀ ਜੀ ਇਹ ਬਹੁਤ ਵੱਡੀ ਚੁਣੌਤੀ ਹੈ ਜਿਹੜੀ ਉਹਨੇ BJP ਅੱਗੇ ਵੀ ਛੱਡ ਦਿੱਤੀ ਹੈ ਕੇਂਦਰ ਸਰਕਾਰ ਦੇ ਅੱਗੇ ਵੀ ਛੱਡ ਦਿੱਤੀ ਹੈ ਜੀ ਚੋਣ ਕਮਿਸ਼ਨ ਦੇ ਅੱਗੇ ਵੀ ਜਗਰਾਤ ਜੀ ਜਦੋਂ ਪਹਿਲੀ ਵਾਰੀ ਇਹ ਦੋਸ਼ ਲੱਗਾ ਕਿ VOTING ਮਸ਼ੀਨਾਂ ਦੇ ਵਿੱਚ ਇਹ ਗੜਬੜ ਹੋ ਸਕਦੀ ਹੈ ਜਿਹੜੇ ਕੋਈ 94 ਬੰਦਿਆਂ ਨੇ ਆਖਿਆ ਸੀ ਕਦੇ ਇਹਦੇ ਵਿੱਚ ਕੋਈ ਨੁਕਸਦਗੁਜੈਸ਼ ਹੀ ਨਹੀਂ ਜੀ ਮੈਂ ਉਹਨਾਂ ਚੋਂ ਸੀ ਜੀ ਮੈਂ ਖੁੱਲ ਕੇ ਕਹਿੰਦਾ ਸਭ ਕੁਝ ਹੋ ਸਕਦਾ ਪਰ ਇਨਾ ਮਸ਼ੀਨਾਂ 'ਚ ਗੜਬੜ ਦਾ ਚਾਂਸ ਨਹੀਂ ਇਹ ਮਸ਼ੀਨਾ ਤੇ 4-4 5-5 10-10 ਸਾਲ ਪਹਿਲਾਂ ਦੀਆਂ ਬਣੀਆਂ ਉਦੋਂ ਇਹ ਥੋੜਾ ਪਤਾ ਸੀ ਕਿ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਹੋਣਾ ਜੀ ਉਹ ਸੇ ਉਮੀਦਵਾਰ ਦਾ ਨਾਂ ਅਲਫਾਬੈਟ ਦੇ ਹਿਸਾਬ ਨਾਲ ਉੱਤੇ ਆਉਣਾ ਥੱਲੇ ਆਉਣਾ ਕਿ ਵਿਚਾਲੇ ਆਉਣਾ ਜੀ ਜਦੋਂ ਇਹ ਪਤਾ ਹੀ ਨਹੀਂ ਸੀ ਉਦੋਂ ਮਸ਼ੀਨਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਫੀਡ ਕਿੱਦਾਂ ਕੀਤਾ ਜਾ ਸਕਦਾ ਸੀ ਜੀ ਅਸੀਂ ਇਸ ਗੱਲ ਤੇ ਬਹਿਸਦੇ ਰਹਿ ਕੇ ਗੱਲ ਹੋ ਹੀ ਨਹੀਂ ਸਕਦੀ ਜੀ ਹੁਣ ਸਰਵ ਭਾਰਦਵਾਇ ਦੀਆਂ ਕਰਕੇ ਵਿਖਾਤਾ ਉਹ ਕਹਿੰਦਾ ਉਹ ਪੁਰਾਣੀਆਂ ਗੱਲਾਂ ਛੱਡ ਦਿਓ ਇਹਦੇ ਸਾਫਟਵੇਅਰ ਨੂੰ ਕਿਸੇ ਨੇ ਛੇੜਨਾ ਹੀ ਨਹੀਂ ਜੀ ਚਲਦੇ ਦੇ ਵਿੱਚ ਉੱਥੇ ਪ੍ਰੋਗਰਾਮ ਕਰਨ ਲੱਗਿਆ ਪਹਿਲੀਆਂ ਵੋਟਾਂ ਜਿਹੜੀਆਂ 5 6 ਠੇਕ ਪਾ ਲੋ ਤਾਂ ਕਿ ਇਹ ਲੱਗੇ ਕਿ ਵੋਟਾਂ ਦੂਸਰੀ ਪਾਰਟੀ ਨੂੰ ਵੀ ਪਈਆਂ ਜੇ ਸਾਰੀਆਂ ਦੀਆਂ ਸਾਰੀਆਂ ਪੋਟਾਂ ਇੱਕੋ ਪਾਸੇ ਪੈ ਜਾਣ ਫਿਰ ਤੇ ਰੌਲਾ ਪੈ ਜਾਣਾ ਜੀ ਕੋਈ ਕਹਦਾ ਥੋੜਾ ਜਿਹਾ ਸਚਾਈ ਦਾ ਪ੍ਰਭਾਵ ਦੇਣ ਵਾਸਤੇ ਪਹਿਲੀਆਂ ਕੁਝ ਵੋਟਾਂ ਪੁਆ ਲਦੇ ਆ ਉਦੇ ਬਾਅਦ ਇਹਨਾਂ ਦਾ ਇੱਕ ਬੰਦਾ ਗਿਣ ਮਿਥ ਕੇ ਵੋਟ ਪਾਉਣ ਜਾਂਦਾ ਜੀ ਉਹ ਵੋਟ ਪਾਉਣ ਲੱਗਿਆ ਡੇਢ ਮਿੰਟ ਉੱਥੇ ਖੜਾ ਰਹਿੰਦਾ ਇਹ ਕਹਿ ਕੇ ਕਿ ਵੋਟ ਪਾਉਂਦਾ ਪਿਆ ਪੈ ਨਹੀਂ ਰਹੀ ਤੇ ਉਹਨੇ ਦੇ ਵਿੱਚ ਉਹ ਪ੍ਰੋਗਰਾਮ ਦੇ ਵਿੱਚ ਮਸ਼ੀਨ 'ਚ ਕੋਡ ਪਰ ਦਰਗਮ ਹੋ ਜਾਂਦਾ ਜੀ ਜੇ ਇਹ ਗੱਲ ਹੋਵੇ ਤੇ 12 ਤਰੀਕ ਦੀ ਮੀਟਿੰਗ ਜਿਹੜੀ ਚੋਣ ਕਮਿਸ਼ਨ ਦੀ ਹੈ ਬਹੁਤ ਨਾਜ਼ੁਕ ਹੋ ਗਈ ਹੈ ਜੀ ਉਹ ਮੀਟਿੰਗ ਫੈਸਲਾ ਕਰੇਗੀ ਕਿ ਇਹਨਾਂ ਨੂੰ ਰੱਖਣਾ ਕਿ ਨਹੀਂ ਰੱਖਣਾ ਉਹ ਜਿਹਨਾਂ ਮਸ਼ੀਨਾ ਦੇ ਕਾਰਡ ਜਿਹੜੇ ਦੇਸ਼ਾਂ ਨੇ ਕੱਢੇ ਸੀ ਜਿਹੜੇ ਦੇਸ਼ਾਂ ਨੇ ਬਣਾ ਕੇ ਭਾਰਤ ਨੂੰ ਵੀ ਸਪਲਾਈ ਕੀਤੀਆਂ ਜੀ ਉਹਨਾਂ ਦੇਸ਼ਾਂ ਦੇ ਵਿੱਚ ਚੋਣਾ ਹੁਣ ਮਸ਼ੀਨਾਂ ਦੀ ਥਾਂ ਤੇ ਬੈਲਟ ਪੇਪਰ ਨਾਲ ਹੋਣ ਲੱਗ ਪਿਆ ਕਿਉਂਕਿ ਸ਼ੱਕ ਹੈ ਕਿ ਮਸ਼ੀਨ ਤੋਂ ਧੋਖਾ ਨਹੀਂ ਦਿੰਦੀ ਮਸ਼ੀਨ ਤੋਂ ਧੋਖਾ ਦਿਵਾ ਲਿਆ ਜਾਂਦਾ ਜਿਵੇਂ ਹੁਣ ਬੰਦਾ ਇੰਨਾ ਤੇਜ਼ ਹੋ ਗਿਆ ਕਿ ਮਸ਼ੀਨ ਨੂੰ ਵੀ ਧੋਖਾ ਦੇਣ ਲੱਗ ਪਿਆ ਜੀ ਬਿਲਕੁਲ ਜੀ ਸਮਾਂ ਹੋ ਰਿਹਾ ਇੱਕ ਹੋਰ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਸੀ ਵਾਪਸ ਹੋਣੇ ਆ ਤੁਸੀਂ اسی ਤਰ੍ਹਾਂ ਜੁੜੇ ਰਹੋ ਪ੍ਰਾਈਮੇਸ਼ਰ ਟੀਵੀ ਦੇ ਨਾਲ